John Lennon, मेरा जान जहाना, ये फूल तुम्हारे लिए है, मेरी जान मन, चीचू चीचू, किये? मेरी बात तो सुनो कौसरी, अपराधा कौसरी कैली कौसरी, अनुरी, कौसरी, अनुरी, आ चाचा की हो रहा है? ਕੀ ਹੋਇਆ ਹੈ? ਉਹ ਕੌਸਰੀ ਕੌਸਰੀ ਕਰਕੇ ਮੇਰੀਆਂ ਚੁੰਮੀਆਂ ਲੈ ਲਿਆ। ਘਬਰਾਓ ਨਹੀਂ, ਮੈਂ ਤੁਮਾਰਾ ਹੂੰ। ਉਹ ਕੀ ਤੁਮਾਰਾ ਹੂੰ? ਖੁਰਸ਼ੀਦ ਪਹੋੜ। ਉਹ ਚੱਲ ਮੈਨੂੰ ਸਮਝਾ ਕੀ ਹੈ ਤੂੰ? ਵੇ ਨੂਰ ਨਜ਼ੀਰ, ਹੋਸ਼ ਕਰ, ਕਮਲਾ ਤਾਂ ਨਹੀਂ ਹੋ ਗਿਆ ਚਾਚਾ ਹੈ ਆਪਣਾ? ਕੀ ਹੋ ਗਿਆ ਤੈਨੂੰ, ਬੋਲਣ ਤਾਂ ਨਹੀਂ ਗਿਆ ਹੈ? ਮੈਨੂੰ ਕੀ ਹੋ ਗਿਆ ਜੀ, ਇਹ ਕੌਸਰੀ ਨਹੀਂ। ਕਿਹੜੀ ਤੇਰੀ ਫੁੱਫੀ ਦੀ ਧੀ ਕੌਸਰੀ? ਕਿਆ ਡਰਾਮਾ ਰੋਜ਼ ਦਾ ਚਾਹ ਨਹੀਂ ਭੋ ਰਿਹਾ? ਚਾਰ ਵਾਰੀ ਤੇਰੀ ਸ਼ਾਦੀ ਕੀਤੀ ਹੈ ਤੇ ਚਾਰਾਂ ਸਵਾਣੀਆਂ ਤੇਰੀਆਂ ਮਰ ਗਈਆਂ ਨੇ, ਹੁਣ ਕਿੰਨੇ ਦਾ ਤਖਤਾ ਚਾਹੂ ਹੈ? ਉਹ ਮੂਰਖਾ, ਪਹਿਲੇ ਚਾਰ ਕੁੜੀਆਂ ਮਾਰ ਚੁੱਕਿਆ ਤੂੰ, ਜਿਵੇਂ ਮੌਲਵੀ ਨਿਕਾਹ ਪੜਾਉਂਦਾ ਹੈ ਨਾ ਤੇ ਕੁੜੀ ਫੌਤ ਹੋ ਜਾਂਦੀ ਹੈ। ਕਿਹੜੀ ਦਾ ਖਾਣਾ ਖਰਾਬ ਕਰਨ ਲੱਗਿਆ ਹੈ? ਮੈਂ ਕਿਹੜੇ ਪੰਜਵੇਂ ਘਰ ਜਾ ਕੇ ਉਹਨਾਂ ਨੂੰ ਕਹਾਂ ਧੀ ਦਿਓ, ਉਹਦੀ ਕਿਉਂ ਮੈਂ ਜ਼ਿੰਦਗੀ ਪੂਰੀ ਖਤਮ ਕਰਾਂ? ਤੇਰੀ ਵਜ੍ਹਾ ਤੂੰ ਇਹਨਾਂ ਤਿੰਨੇ ਕੁਵਾਰੇ ਬੈਠੇ ਨੇ, ਜਿਹੜਾ ਕੋਈ ਰਿਸ਼ਤਾ ਨਹੀਂ ਦਿੰਦਾ। ਜਿੱਥੇ ਮਰਜ਼ੀ ਜਾ, ਖਾ ਖਸਮਾਂ ਦਾ ਸਿਰ, ਇੱਕ ਤੇਰੀ ਵਜ੍ਹਾ ਤੂੰ ਨਾ ਮੇਰੇ ਭਰਾ ਹੋਵੇ ਜਿਵੇਂ ਕੁਵਾਰੇ ਬੈਠੇ ਨੇ ਹਾਲੇ, ਉਹਨਾਂ ਤਿੰਨਾਂ ਦਾ ਵਿਆਹ ਨਹੀਂ ਹੁੰਦਾ ਪਿਆ ਤੇ ਮੈਨੂੰ ਵੀ ਕੋਈ ਨੀ ਲੈਂਦਾ। ਉਹ ਕਹਿੰਦੇ ਨੇ ਇਹਦਾ ਭਰਾ ਭੋਰਾ ਤੇ ਇਹ ਵੀ ਭੋਰੀ ਏ। ਹੁਣ ਤਾਂ ਲੋਕ ਆਦੇ ਨੇ ਇਹ ਨਾਲ ਹੀ ਨੇ ਅੱਗਾ ਭੋਰਿਆਂ ਦਾ ਘਰ, ਹੁਣ ਤਾਂ ਵਸੇ ਵਿੱਚ ਹੁਣ ਭੋਰੇ ਮਸ਼ਹੂਰ ਹੋਏ ਪਏ ਆ ਇੱਕ ਤੇਰੀ ਵਜ੍ਹਾ ਤੂੰ। ਇੱਕ ਮਿੰਟ ਯਾਰ, ਇੱਕ ਰਿਸ਼ਤਾ ਮੇਰੀ ਨਜ਼ਰ ਦੇ ਵਿੱਚ ਏ ਯਾਰ, ਇਹ ਵੇਖ ਤੇਰਾ ਅਹਿਸਾਨ ਸੀ ਮੇਰਾ ਉੱਤੇ ਰਿਸ਼ਤਾ ਕਰਾ। ਰਿਸ਼ਤਾ ਵੇਖਣਾ ਪੋਸੀ ਤੇ ਵੇਖ ਲੈਨੇ। ਤੂੰ ਵੀ ਬਕਵਾਸ ਬੰਦ ਕਰ ਤੇ ਤੂੰ ਵੀ ਮੋਟੂ ਬਕਵਾਸ ਆਪਣੀ ਬੰਦ ਕਰ, ਸਮਝ ਆ ਗਈ ਹੈ ਨਾ? ਚਾਚਾ ਬੇਟਾ ਕੋਈ ਵੀ ਸੁਣ ਲਿਆ ਕਰੋ। ਜੇ ਮੇਰਾ ਨਿਕਾਹ ਨਹੀਂ ਹੋਏ ਪੜਾਂਦੇ ਤਾਂ ਮੇਰਾ ਜਨਾਜ਼ਾ ਪੜਾ ਤੇ ਮੈਨੂੰ ਪੂਰ ਛੋੜੋ। ਇੰਦਰਾ ਤੋਂ ਤੇਰਾ ਜਨਾਜ਼ਾ ਹੀ ਪੜਿਆ ਜਾਵੇ ਪੋਰਿਆ, ਤੇਰੇ ਪਿੱਛੇ ਚਾਰਾਂ ਕੁੜੀਆਂ ਦੇ ਜਨਾਜ਼ੇ ਪੜੇ ਗਏ ਨੇ ਤੇ ਤੇਰਾ ਹੀ ਇਕੱਲੇ ਦਾ ਪੜਿਆ ਜਾਵੇ ਤੇ ਕੀ ਏ? ਮੈਂ ਇਕੱਲਾ ਨਹੀਂ ਸਮਝਦਾ, ਮੈਂ ਹੁਣ ਚਾਚੇ ਬੋਲੇ ਨਾਲ ਸਮਝਦਾ। ਕੋਈ ਮੇਰੇ ਨਾਲ ਸੁਣਾ, ਇਕੱਲਾ ਹੀ ਸੁਣ। ਬੈਣਾ ਬੀਰਾਵਾਂ ਦੀਆਂ ਖੈਰਾਂ ਮੰਗਦੀਆਂ, ਮੈਂ ਬੀਰਾ ਤੇ ਤੇਰੇ ਗੁਆਤ ਜੋੜੀ ਬੈਠਾ, ਮੇਰਾ ਇੱਕੋ ਰਿਸ਼ਤਾ ਹੋਰ ਕਰਾ ਚਾ। ਵੇ ਮੈਂ ਤੇਰਾ ਕਿੱਥੇ ਰਿਸ਼ਤਾ ਕਰਾਵਾਂ, ਕਿੱਥੋਂ ਲੱਭਾ ਤੇਰਾ ਰਿਸ਼ਤਾ ਦੱਸੋ? ਹਾਂ ਵੇ ਮੋਟੂ, ਮੈਨੂੰ ਪਤਾ ਹੈ ਪਿਆ ਚਾਚਾ ਫਿਰ ਚੱਲ ਗਿਆ ਰਿਸ਼ਤਾ ਵੇਖਣ ਦੇ ਵਾਸਤੇ। ਤੁਸੀਂ ਜਾਓ, ਮੈਂ ਚਲੀ ਜਾਂਦਾ। ਚਾਚਾ ਮੇਰਾ ਭਰਾ ਹੈ, ਆਖਰੀ ਵਾਰੀ ਫਿਰ ਓਏ ਇੱਦਾਂ ਨਾ ਸਾਹ, ਜਿਸ ਦਿਨ ਜੰਮਿਆ ਸੀਗਾ ਤੇਰੀ ਚਾਚੀ ਦਾ ਰਾਹ ਉਸੇ ਦਿਨ ਲੈ ਗਏ ਸੀ। ਮੈਂ ਕਿੱਥੇ ਜਾਵਾਂ ਤੇ ਨਾਲ? ਅਸਲਾਮੁ ਅਲੈਕਮ ਚਾਚਾ ਖੁਸ਼ੀਆ। ਵਾਲੇਕਮ ਸਲਾਮ, ਕੀ ਹਾਲ ਚਾਲ ਹੈ? ਠੀਕ, ਬੈਠੋ। ਅੱਜ ਤੇ ਬੜਾ ਦਿਲ ਖਦਿਆ ਜੇ, ਘਰ ਆ ਗਏ ਹੋ? ਅਸੀਂ ਇਹ ਕਹਿਣ ਆਏ ਸੀ ਬਈ ਇਹ ਮੁੱਕੋ ਕਦੋਂ ਦੀ ਬੈਠੀ ਹੋਈ ਹੈ, ਇਹਦੀ ਸ਼ਾਦੀ ਕਰ ਦੇ। ਇਹਦਾ ਵਿਆਹ ਕਰ ਦੇ? ਇਹਦਾ ਵਿਆਹ ਕਰ ਦੇ। ਤੁਹਾਡਾ ਦਿਮਾਗ ਤੇ ਠੀਕ ਹੈ? ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ
ਉਹਦੇ ਵਿੱਚ ਚਾਰ ਵਿਆਹ ਕੀਤੇ ਨੇ, ਉਹ ਜਿਹਦੇ ਦਾ ਨਿਕਾਹ ਹੁੰਦਾ ਦੂਲਾ ਮਰ ਜਾਂਦਾ, ਦੱਸ ਕਿਹੜੇ ਪਾਸੇ ਜਾਵਾਂ ਮੈਂ? ਚਾਚਾ ਖੁਸ਼ੀਆਂ, ਅਸਾਂ ਦੋਵੇਂ ਮੀਆਂ ਬੀਬੀ ਆਏ ਬੈਠੇ ਆ, ਤੇ ਤੂੰ ਮੁੱਖੋ ਦਾ ਨਿਕਾਹ ਕਰ ਜਾਂ ਪੰਜਵਾਂ ਚ ਕਰ। ਉਹ ਪੁੱਤਰ ਮੈਂ ਤਾਂ ਵਿਆਹ ਕਿਵੇਂ ਕਰਦੇ ਆ, ਉਹ ਚਾਰ ਦੂਲੇ ਤੇ ਮਰ ਗਏ ਨੇ, ਹੁਣ ਦੱਸ ਕਿਹਦਾ ਜਵਾਨ ਪੁੱਤਰ ਮੈਂ ਮਾਰ ਦਿਆਂ ਸਿਹਰਿਆਂ ਵਾਲਾ? ਇਹ ਚੰਦਰੀ ਏ, ਬੌਰੀ ਏ, ਆ ਮਨੂਸ ਏ, ਜੰਮਦੇ ਆਪਣੀ ਮਾਂ ਨੂੰ ਮਾਰਦਾ ਇਹਨੇ, ਏਡੀ ਮਨੂਸ ਏ, ਚਾਰ ਬੰਦੇ ਤੇ ਮਾਰ ਚੁੱਕੀ ਏ, ਜਦੋਂ ਨਿਕਾਹ ਹੁੰਦਾ ਉਹ ਮਰ ਜਾਂਦਾ, ਹੁਣ ਕਿਹਦਾ ਜਵਾਨ ਪੁੱਤਰ ਸਿਹਰੇ ਵਾਲਾ ਮੈਂ ਮਾਰ ਦਿਆਂ ਇਸ ਮਨੂਸ ਦੀ ਖਾਤਰ? ਚਾਚਾ ਖੁਸ਼ੀਆ, ਇੱਕ ਰਿਸ਼ਤਾ ਮੇਰੀ ਨਜ਼ਰੇ ਚ ਹੈ, ਅਗਰ ਆਖ ਤਾਂ ਮੈਂ ਉਹਨਾਂ ਨੂੰ ਫੋਨ ਕਰੇ ਨਾ, ਉਹ ਰਿਸ਼ਤਾ ਵੇਖਣ ਆ ਵੈਂਦੇ। ਤੈਨੂੰ ਕੀ ਤਕਲੀਫ ਆ ਰਹੀ ਹੈ, ਬੁਲਾ ਲੈ ਨਾ। ਹਾਂ, ਤੈਨੂੰ ਕੀ ਤਕਲੀਫ ਹੋਣੀ ਹੈ? ਉਹ ਤਕਲੀਫ ਤੇ ਉਹਨਾਂ ਨੂੰ ਹੋਣੀ ਹੈ ਜਿਨ੍ਹਾਂ ਦਾ ਜਵਾਨ ਪੁੱਤਰ ਸਿਹਰੇ ਵਾਲਾ ਮਰ ਜਾਣਾ ਹੈ। ਤੇ ਉਹਨਾਂ ਦਾ ਮਰਨਾ ਤੈਨੂੰ ਕੀ ਤਕਲੀਫ ਹੈ, ਤੂੰ ਬੁਲਾ ਲੈ। ਹਾਂ ਬੁਲਾ ਲੈ, ਕਿਹਨਾਂ ਦਾ ਮਰਨਾ? ਤੁਹਾਡਾ ਤੇ ਨਹੀਂ ਨਾ ਮਰਨਾ, ਤੁਹਾਨੂੰ ਤਾਂ ਕਿਸੇ ਦਾ ਅਹਿਸਾਸ ਨਹੀਂ, ਕਿਸੇ ਦਾ ਜਵਾਨ ਪੁੱਤਰ ਬੁਲਾ ਕੇ ਮੈਂ ਮਾਰ ਦਿਆਂ ਇਸ ਮਨੂਸ ਦੀ ਖਾਤਰ? ਤੂੰ ਫੋਨ ਕਰ, ਫੋਨ ਕਰ। ਅੱਛਾ ਬੁਲਾ ਲੈ, ਠੀਕ ਹੈ ਮੈਂ ਫੋਨ ਕਰਕੇ ਬੁਲਾਉਣਾ। ਨੂਰ ਨਜ਼ੀਰ, ਤੇਰਾ ਰਿਸ਼ਤਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਓਏ ਇੱਕ ਮਿੰਟ, ਜਦ ਹੋਣ ਆ ਗਿਆ ਫੋਨ, ਤੇ ਜਿੰਨਾ ਵੇਲੇ ਇਹ ਆ ਰਿਹਾ ਉਧਰ ਵੀ ਨਹੀਂ ਹੋਣਾ। ਹਲੋ, ਅਸਲਾਮ ਅਲੈਕੁਮ ਬਾਈ ਅਵਰੀਆਮ। ਓ ਵਾਲੇਕੁਮ ਅਸਲਾਮ, ਰਿਸ਼ਤਾ ਵੇਖਣ ਆ ਜਾਓ। ਰਿਸ਼ਤਾ ਵੇਖਣ? ਜੀ ਜੀ ਆ ਜਾਣਾ ਰਿਸ਼ਤਾ ਵੇਖਣ। ਓਏ ਦੱਸ ਆਵਾਂ ਕਿੱਥੇ? ਚੂਚਕ ਪੁੱਲ, ਚੂਚਕ ਪੁੱਲ। ਓਕੇ ਕਰ ਮੋੜਾ ਸਾਹਿਬ, ਜਲਦੀ ਆਓ, ਚੂਚਕ ਪੁੱਲ ਤੇ ਜਾਵਣਾ ਆਪਾਂ ਰਿਸ਼ਤਾ ਵੇਖਣ ਹੁਣ। ਚੂਚਕ ਪੁੱਲ? ਚਾਚਾ ਦੱਸੋ ਕੀ ਕਰਨਾ, ਦੱਸੋ ਕੀ। ਚੱਲੋ ਆਪ ਤਾਂ ਕੇ ਰਿਸ਼ਤਾ ਵੇਖਣ ਆ ਜਾਓ। ਚਲਿਏ ਚਾਚਾ, ਚਲੋ ਜੀ ਆ ਚੱਲੋ, ਚਲੋ ਦੇਰ ਨਾ ਕਰੋ ਮੋੜ। ਉਠੀ ਮੋੜ, ਚਲੋ ਬਈ, ਆ ਗਈ ਹੈ ਸ਼ਾਮਤ ਕਿਸੇ ਗਰੀਬ ਦੀ ਧੀ ਦੀ। ਚਲੋ ਫੋਨ ਕਰ ਦਿੱਤਾ ਹੈ, ਉਹ ਨਾ ਕਰ ਮਾਟੇ ਬੋਲ, ਤੂੰ ਆਉਣਾ ਹੈ ਆ, ਹੁਣੇ 5 ਮਿੰਟ ਚ ਆ ਜਾਂਦੇ ਤੁਹਾਡੇ ਕੋਲ। ਚਲੋ ਠੀਕ ਹੈ ਚਾਚਾ, ਮੈਂ ਹਾਰ ਸ਼ਿੰਗਾਰ ਕਰ ਲਾਂ। ਤੂੰ ਰਹਿਣ ਦੇ, ਏਡੀ ਤੂੰ ਹਾਰ ਸ਼ਿੰਗਾਰ ਵਾਲੀ, ਮਾਰਨਾ ਤੇ ਤੈਨੇ ਬੰਦਾ ਹੀ ਏ, ਹਾਰ ਸ਼ਿੰਗਾਰ ਕਰਕੇ ਮਾਰੇ ਇਹ ਇੰਜ ਮਾਰ ਦੇਵੇਂ। ਤੂੰ ਛਮ ਛਮ ਨੱਚ, ਉਹਨਾਂ ਨੇ ਛਮ ਛਮ ਰੋਣਾ, ਬਲਕਿ ਜਮ ਜਮ ਕੇ ਰੋਣਾ। ਬਹਿ ਜਾ, ਪਤਾ ਨੀ ਬਨੂਸ ਕਿਹੜੇ ਟਾਈਮ ਦੀ ਮੇਰੇ ਪੇਸ ਪੈ ਗਈ। ਨਾ ਜਿਹੜੇ ਚੋਰ ਨੂੰ, ਤੂੰ ਆਪਣੀ ਬੰਦ ਕਰ ਆਵਾਜ਼। ਆਓ ਜੀ ਆਓ, ਤੁਹਾਡੇ ਚ ਮੁੰਡਾ ਕਿਹੜਾ ਜੀ? ਚਾਚਾ ਜੀ ਮੁੰਡਾ ਕੋਈ ਵੀ ਨਹੀਂ, ਆਓ ਭਾਊ ਸਾਰੇ ਸਹੀ ਸਲਾਮਤ ਆਣੇ ਦੀ। ਤੇਰਾ ਮਤਲਬ ਇਹ ਹੋਣ ਵਾਲਾ ਦੁਲਾ ਕੌਣ ਹੈ? ਇਹ ਵੇਖੋ ਮੁੰਡਾ ਜੀ, ਤੇ ਰੱਖ ਤੇ ਤੈਨੂੰ ਬਹੁਤ ਆਦੀ ਪਈ ਇੱਥੇ, ਸਿੱਧਾ ਰੱਖ ਮੂੰਹ।
ਐ ਮੁੰਡਾ ਜੀ ਹਾਏ 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 ਮੈਂ ਮੁੰਡੇ ਨਾਲ ਨਾ ਸਵਾਲ ਕਰਨੇ ਨੇ ਕੁਛ। ਅੱਛਾ ਤੂੰ ਇੱਥੇ ਆ ਬਹਿ, ਤੂੰ ਸਵਾਲ ਕਰ ਲੈ, ਆ ਜਾ। ਮੈਂ ਐਮਏ ਕੀਤਾ ਹੋਇਆ। ਕੋਈ ਮਸਲਾ ਨਹੀਂ, ਜੋ ਸਵਾਲ ਕਰਨਾ ਸਾਡੇ ਮੁੰਡੇ ਨੂੰ ਤੂੰ ਕਰ ਸਕਦੀ। ਪਹਿਲਾ ਸਵਾਲ, ਆਪਕੀ ਕੁਆਲੀਫਿਕੇਸ਼ਨ ਕਿਤਨੀ ਹੈ? ਛੋਟੇ ਇਧਰ ਆਓ, ਇਹ ਕੁਆਲੀਫਿਕੇਸ਼ਨ ਕੀ ਹੁੰਦੀ? ਉੱਚਾ ਗਲਾ, ਉਹ ਤੇਰੀ ਕੌਮ ਪੁੱਛਦੀ ਪਈ, ਅੱਖ ਮੋਚੀਆਂ ਮੋਚੀਆਂ ਕਿਆ ਹੈ? ਮੈਂ ਮੋਚੀਆਂ। ਆਪਕੀ ਡਿਗਰੀ ਕੌਨ ਸੀ ਹੈ? ਇਹ ਹੁਣ ਕੋਈ ਡਿਗਰੀ ਪੁੱਛਦੀ ਪਈ ਏ? ਉਹ ਪੜਿਆ, ਤੇਰੀ ਜ਼ਮੀਨ ਪੁੱਛਦੀ ਪਈ ਏ? ਆਖ ਸਾਡੇ ਸਾਥ ਮਰ ਲੈ। ਸਾਡੇ ਸਾਥ ਮਰ ਲੈ? ਕਿਆ ਸਾਡੇ ਸਾਥ ਮਰ ਲੈ? ਆਪਕਾ ਫਾਦਰ ਨੇਮ ਕਿਆ ਹੈ? ਕੀ ਆਪਕੇ ਫਾਦਰ ਕਾ ਨਾਮ ਪੁੱਛਾ ਹੈ? ਇਹ ਫਾਦਰ ਕਸ਼ੌਂ ਦੀ ਏ। ਉਹ ਚਗਲ ਆ, ਉਹ ਜਾਨਵਰਾਂ ਦੀ ਪਰ ਪੁੱਛਦੀ ਪਈ ਏ। ਆਪਣਾ ਕਾਲਾ ਖੋਤਾ ਹੈ ਨਹੀਂ? ਹੇਈ ਦੱਸ, ਕਾਲਾ ਖੋਤਾ? ਹੁਣ ਮੈਂ ਕੋਈ ਤੇਰੇ ਕੋਲੋਂ ਸਵਾਲ ਪੁੱਛਾਂ, ਤੂੰ ਐਮਏ ਕੀਤਾ ਹੈ? ਹਾਂ ਹਾਂ ਪੁੱਛ। ਦੋ ਦਾ ਪਹਾੜਾ ਸੁਣਾ। ਦੋ ਇਕਮ ਦੋ, ਦੋ ਦੁਨੀ ਚਾਰ, ਦੋ ਤੀਆ 36। ਰਿਸ਼ਤਾ ਮਨਜ਼ੂਰ ਹੈ ਜੀ, ਇਹਨੂੰ ਤਾਂ ਸਾਰਾ ਪਹਾੜਾ ਆਉਂਦਾ। ਕੁੜੀਓ ਹੁਣ ਤੂੰ ਇੱਧਰ ਆ ਜਾ। ਮੈਂ ਤੁਹਾਡੇ ਕੋਲ ਕੋਈ ਗੱਲ ਲੁਕਾਉਣਾ ਨਹੀਂ ਚਾਹੁੰਦਾ, ਕਿਉਂਕਿ ਜਿਹੜੀ ਮੇਰੀ ਧੀ ਹੈ ਨਾ, ਬਹੁਤ ਭੋਰੀ ਹੈ। ਭੋਰੀ ਹੈ? ਹਾਂਜੀ, ਅੱਗੇ ਚਾਰ ਨਿਕਾਹ ਕਰਾਏ ਨੇ ਆਪਣੀ ਧੀ ਦੇ। ਹਾਂ, ਨਿਕਾਹ ਹੁੰਦਾ ਦੂਲਾ ਮਰ ਜਾਂਦਾ। ਹਾਂਜੀ, ਇਹ ਝਟਕਾ ਲੱਗਾ ਤੁਹਾਨੂੰ? ਉਹ ਝਟਕਾ ਮੈਨੂੰ ਇਸ ਗੱਲ ਦਾ ਨਹੀਂ ਲੱਗਾ। ਹਾਂ, ਮੈਂ ਵੀ ਤੇਰੇ ਨਾਲ ਗੱਲ ਕਰਨੀ ਸੀ। ਕਿਹੜੀ? ਸਾਡਾ ਮੁੰਡਾ ਵੀ, ਹਾਂ, ਜਦੋਂ ਵੀ ਦਾ ਨਿਕਾਹ ਹੁੰਦਾ ਹੈ ਨਾ, ਤੇ ਕੁੜੀ ਮਰ ਜਾਂਦੀ ਏ। ਚਾਰ ਕੁੜੀਆਂ ਮਰ ਚੁੱਕੀਆਂ ਪਹਿਲਾਂ। ਹਾਂਜੀ, ਹੁਣ ਕੀ ਕਰਨਾ ਚਾਹੀਦਾ? ਮੈਂ ਤੇ ਕਹਿੰਦਾ ਆ ਆਪਾਂ ਇਹਨਾਂ ਦੋਵਾਂ ਦਾ ਨਿਕਾਹ ਕਰਾ ਦਿੰਦੇ ਆ। ਅੱਛਾ, ਕਿਉਂਕਿ ਅੱਗੇ ਇਹ ਜਿਹੜੀ ਚੀਜ਼ ਵਧਣ ਤੋਂ ਨਾ ਇੱਥੇ ਰੁਕ ਜਾਏਗੀ, ਦੋਵੇਂ ਮਰ ਜਾਣਗੇ। ਇਹ ਤੇਰੀ ਗੱਲ ਠੀਕ ਏ, ਦੋਵਾਂ ਦਾ ਨਿਕਾਹ ਕਰਾ ਦਿੰਦੇ ਆ, ਦੋਵੇਂ ਮਰ ਜਾਣਗੇ, ਤੇ ਅੱਗਾ ਇਹ ਗੱਲ ਫੈਲੇਗੀ। ਫੈਲੇਗੀ? ਠੀਕ ਏ। ਬੈਠੋ।
ਪੁੱਤਰ ਤਮਾਮ ਜੀ ਚਾਚਾ ਮੌਲਵੀ ਲੈ ਕੇ ਆ ਆ ਨਾਲ ਤਾਂ ਕੱਲ ਮੌਲਵੀ ਦਾ ਜਾ ਲੈ ਕੇ ਆ ਮੌਲਵੀ ਠੀਕ ਹੈ ਚਾਚਾ ਜੀ ਮੈਂ ਹੁਣੇ ਲੈ ਕੇ ਆਇਆ ਛੇਤੀ ਆ ਜੀ ਕੀ ਰੋਣਾ ਚਾਚਾ ਚੁੱਪ ਕਰ ਰੌਲਾ ਹੀ ਮੁੱਕ ਗਿਆ ਅੱਜ ਤੋਂ ਬਾਅਦ ਆਪਣੇ ਘਰ ਰੌਲਾ ਪੈਣਾ ਹੀ ਨਹੀਂ ਰੌਲਾ ਹੈ ਕੀ ਆ ਉਹ ਤਾਂ ਦੱਸ ਤੂੰ ਬਸ ਚੁੱਪ ਦੇ ਦੇਖਦੀ ਰਹਿ ਅੱਗੇ ਅੱਗੇ ਚਾਚਾ ਮੈਂ ਛੂਹੇ ਨਾਲ ਕੋਈ ਗੱਲ ਕਰ ਸਕਦਾ ਠੀਕ ਹੈ ਜਾ ਪੁੱਤਰ ਸੁਣ ਲੈ ਗੱਲ ਉਹਦੀ ਆਖਰੀਆਂ ਗੱਲਾਂ ਨੇ ਉਹਦੀਆਂ ਜਾ ਹੁਣ ਸੁਣ ਲੈ ਗੱਲਾਂ ਉਸ ਵਿਚਾਰੀ ਦੀਆਂ ਆਖਰੀ ਗੱਲਾਂ ਨੇ ਜਿਹੜੀਆਂ ਉਹਨੇ ਤੇਰੇ ਨਾਲ ਕਰਨੀਆਂ ਨੇ ਜਾ ਬੜੇ ਗੌਰ ਨਾਲ ਵੇਖਦੀ ਹੈ ਤੂੰ ਵੀ ਤਾਂ ਬੜੇ ਗੌਰ ਨਾਲ ਵੇਖ ਰਿਹਾ ਬਸ ਮੈਂ ਨਿਕਾਹ ਤੂੰ ਪਹਿਲੇ ਆਖਰੀ ਦੀਦਾਰ ਕਰੇ ਨਾ ਨਾ ਮੈਂ ਵੀ ਨਿਕਾਹ ਤੂੰ ਪਹਿਲੇ ਆਖਰੀ ਦੀਦਾਰ ਹੀ ਕਰਨੀ ਆ ਅੱਲਾ ਖੈਰ ਹੀ ਕਰੇ ਠੀਕ ਹੈ ਅੱਲਾ ਖੈਰ ਕਰੇ ਸੀ ਜੀਂਦੀ ਰਹੀ ਹਾਂ ਮੈਂ ਤਾਂ ਮੁੜ ਮਿਲ ਸਾਂ ਤੂੰ ਵੀ ਜੀਂਦਾ ਰਿਹਾ ਤੇ ਮੁੜ ਮਿਲ ਸਾਂ ਓਕੇ ਓਕੇ ਪੁੱਤਰ ਤੂੰ ਇੱਧਰ ਆ ਜਾ ਬੈਠ ਮੌਲਵੀ ਸਾਹਿਬ ਮੇਰਾ ਨਿਕਾਹ ਪੜਾਉਣਾ ਇਸ ਨਾਲ ਠੀਕ ਹੈ ਜੀ ਮਾਂ ਕੀ ਹੈ ਜੀ ਮੁੱਖੋ ਮੁੱਖੋ ਵਾਲਦ ਖੁਸ਼ ਆ ਸਾਢੇ 700 ਰੁਪਇਆ ਹੱਕ ਮਾਰੇ ਤੈਨੂੰ ਕਬੂਲ ਹੈ ਕਬੂਲ ਮੁੱਖੋ ਵਾਲਦ ਖੁਸ਼ ਆ ਸਾਢੇ 700 ਰੁਪਇਆ ਹੱਕ ਮਾਰੇ ਤੈਨੂੰ ਕਬੂਲ ਹੈ ਕਬੂਲ ਮੁੱਖੋ ਵਾਲਦ ਖੁਸ਼ ਆ ਸਾਢੇ 700 ਰੁਪਇਆ ਹੱਕ ਮਾਰੇ ਤੈਨੂੰ ਕਬੂਲ ਹੈ ਕਬੂਲ ਲਓ ਜੀ ਮੁਬਾਰਕ ਹੋਵੇ ਸਾਰਿਆਂ ਨੂੰ ਕੀ ਹੋਇਆ ਚਾਚਾ ਭੋਲਿਆ ਮੌਲਵੀ ਫੌਤ ਹੋ ਗਿਆ ਚਾਚਾ ਭੋਲਿਆ ਨਾ ਦੁਲਹਨ ਫੌਤ ਹੋਈ ਨਾ ਦੁਲਹਾ ਫੌਤ ਹੋਇਆ ਨਿਕਾਹ ਪੜਾਉਣ ਵਾਲਾ ਮੌਲਵੀ ਫੌਤ ਹੋ ਗਿਆ ਹਾਂ